ਤੇ ਮੇਰੇ ਵਰਗੀ ਮੁੱਟੀ ਜੀ ਮੱਤ ਵਾਲੀ ਨੂੰ ਐ ਵੀ ਨਹੀਂ ਪਤਾ ਹੁੰਦਾ ਵੀ ਇਹਦਾ ਹੱਲ ਕੀ ਹੋ ਸਕਦਾ ਹੈ। ਇਸ ਕਰਕੇ ਮੈਂ ਇਸ ਤੋਂ ਥੋੜਾ ਜਿਹਾ ਪਾਸੇ ਜਾਂਦੀ ਹੋਈ, ਸਾਡੇ ਹਿੰਦੁਸਤਾਨ ਦੀ ਰਾਜਧਾਨੀ ਹੈ ਦਿੱਲੀ, ਤੇ ਬਹੁਤ ਸਮੇਂ ਤੋਂ ਰਾਜਧਾਨੀ ਚੱਲੀ ਆ ਰਹੀ ਹੈ ਦਿੱਲੀ, ਪਰ ਮੇਰੇ ਖਿਆਲ ਮੁਤਾਬਕ ਜੋ ਹੈ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਵੀ ਕੀ ਹੈ ਦਿੱਲੀ। ਚੰਗੇਜ਼ ਖਾਨ ਦੀ ਹੈ ਪਤਾ ਨਹੀਂ, ਨਾਦਰ ਸ਼ਾਹਾਂ ਦੀ, ਦਿਲ ਦੇ ਹੈਰ ਕੰਗਲੇ ਪਰ ਦੇਖਣ ਨੂੰ ਲੱਗਦੇ ਸ਼ਾਹਾਂ ਦੀ। ਇੱਥੇ ਤਾਂ ਵਸਦੇ ਲੱਗਦੇ ਨੇ ਬਹੁਤੇ ਦਿਲਾਂ ਤੋਂ ਸਖਣੇ, ਦਿੱਲੀ ਹੈ ਦਿਲ ਵਾਲੋਂ ਕੀ ਇਹ ਵੀ ਹੈ ਅਫਵਾਹਾਂ ਹੀ। ਵੋਟਾਂ ਦੀ ਗਿਣਤੀ ਭਾਵੇਂ ਕਿੰਨੀ ਘੱਟ ਵੱਧ ਹੋਵੇ, ਇੱਥੇ ਪਹੁੰਚਣ ਵਾਲੀ ਖੇਡ ਹੈ ਲੱਗ ਜਾਂਦੇ ਦਾਵਾਂ ਦੀ। ਕਦੇ ਗਰੀਬ ਦੀ ਬਾਂਹ ਨਹੀਂ ਫੜਦੀ, ਕਦੇ ਗਰੀਬ ਦੀ ਬਾਂਹ ਨਹੀਂ ਫੜਦੀ, ਪੱਖਪੂਰ ਦੀ ਅਮੀਰਾਂ ਦੇ ਫਰਕ ਯਾਦ ਰੱਖਦੀ, ਦੋਹਾਂ ਦੀਆਂ ਵੱਖੋ ਵੱਖਰੀਆਂ ਥਾਵਾਂ ਦੀ। ਚੰਗੀ ਤਰ੍ਹਾਂ ਪਛਾਣ ਹੈ ਇਹਨੂੰ, ਚੰਗੀ ਤਰ੍ਹਾਂ ਪਛਾਣ ਹੈ ਇਹਨੂੰ ਪਰਜਾ ਅਤੇ ਕੁਰਸੀ ਵਾਲਿਆਂ ਦੀ, ਨਿਆਸਰਿਆਂ ਦੀ ਦੁਸ਼ਮਣ ਬਣੇ ਤੇ ਤਾਕਤਵਰ ਦੀਆਂ ਬਾਹਾਂ ਵੀ। ਜਦੋਂ ਮਰਜ਼ੀ ਕਤਲੇਆਮ ਦਾ ਹੁਕਮ ਚਾੜ ਦਿੰਦੀ ਹੈ, ਫਿਰ ਕੋਈ ਫਿਕਰ ਨਹੀਂ ਚੀਕ ਭੈਣਾਂ ਦੀ ਹੈ ਜਾਂ ਮਾਵਾਂ ਦੀ। ਝਟਪਟ ਲੋਕ ਰਾਜ ਨੂੰ ਖਤਰਾ ਗਰਦਾਨ ਦਿੰਦੀ ਹੈ, ਝਟਪਟ ਲੋਕ ਰਾਜ ਨੂੰ ਖਤਰਾ ਗਰਦਾਨ ਦਿੰਦੀ ਹੈ, ਫਿਰ ਤੜਵਾਉਂਦੀ ਹੈ ਭਾਈਆਂ ਤੋਂ ਭਾਈਆਂ ਦੀਆਂ ਬਾਹਾਂ ਵੀ। ਮਗਰੋਂ ਅੱਤਵਾਦੀ ਹੋਣ ਦਾ ਗੱਜ ਵੱਜ ਕੇ ਕਰਦੀ ਹੈ ਐਲਾਨ, ਮਗਰੋਂ ਅੱਤਵਾਦੀ ਹੋਣ ਦਾ ਗੱਜ ਵੱਜ ਕੇ ਕਰਦੀ ਹੈ ਐਲਾਨ, ਪਹਿਲਾਂ ਹੀ ਜਿਨ੍ਹਾਂ ਨੂੰ ਕਤਲ ਕਰਨ ਦੀਆਂ ਕਰ ਚੁੱਕੀ ਸਲਾਹਾਂ ਵੀ। ਕਰਦੀ ਹੈ ਹਰ ਇੱਕ ਹੀ ਫੈਸਲਾ ਲਹੂ ਦਾ ਘਾਣ ਕਰਕੇ, ਕਰਦੀ ਹੈ ਹਰ ਇੱਕ ਹੀ ਫੈਸਲਾ ਲਹੂ ਦਾ ਘਾਣ ਕਰਕੇ, ਲਹੂ ਪੀਣ ਦੀ ਆਦਤ ਬਣ ਚੁੱਕੀ ਹੈ ਇਸ ਦੇ ਸੁਭਾਵਾਂ ਦੀ। ਮੰਦਰਾਂ ਅਤੇ ਮਸੀਤਾਂ ਦੇ ਨਾਮ ਤੇ ਕਤਲਾਮ ਕਰਾਈ ਜਾਵੇ, ਮੰਦਰਾਂ ਅਤੇ ਮਸੀਤਾਂ ਦੇ ਨਾਮ ਤੇ ਕਤਲਾਮ ਕਰਾਈ ਜਾਵੇ, ਹਮੇਸ਼ਾ ਦੁਖੀਆਂ ਦੀ ਮਦਦਗਾਰ ਹੋਣ ਦਾ ਕਰਦੀ ਹੈ ਦਾਵਾ ਵੀ। ਕਿਉਂਕਿ ਬਹੁਤ ਹੀ ਨੇੜਲੇ ਅਜੀਜ਼ਾਂ ਦਾ ਇਸ ਦਿੱਲੀ ਵਿੱਚ ਵਾਸਾ ਹੈ, ਕਿਉਂਕਿ ਬਹੁਤ ਹੀ ਨੇੜਲੇ ਅਜੀਜ਼ਾਂ ਦਾ ਇਸ ਦਿੱਲੀ ਵਿੱਚ ਵਾਸਾ ਹੈ, ਤਾਂ ਹੀ ਸੀਨੇ ਰੜਕ ਪੈਂਦੀ ਹੈ ਮਰਦੇ ਅਤੇ ਉੱਜੜਿਆਂ ਦੀਆਂ ਆਵਾਂ ਦੀ। ਮੇਰਾ ਤਾਂ ਦਿੱਲੀਏ ਨਹੀਂ ਤੈਨੂੰ ਦੂਰ ਤੋਂ ਹੀ ਸਲਾਮ ਹੈ, ਮੇਰਾ ਤਾਂ ਦਿੱਲੀਏ ਨਹੀਂ ਤੈਨੂੰ ਦੂਰ ਤੋਂ ਹੀ ਸਲਾਮ ਹੈ, ਦਿਲ ਨਹੀਂ ਕਰਦਾ ਖੋਟੇ ਦਿਲ ਵਾਲੀਏ ਤੈਨੂੰ ਆ ਕੇ ਗਾਵਾਂ ਵੀ, ਦਿਲ ਨਹੀਂ ਕਰਦਾ ਖੋਟੇ ਦਿਲ ਵਾਲੀਏ ਤੈਨੂੰ ਆ ਕੇ ਗਾਵਾਂ ਵੀ। ਧੰਨਵਾਦ।